ਨਬੀ ਇਸਰਾਇਲ ਦੇ ਇਤਿਹਾਸ ਵਿੱਚ ਪਰਮੇਸ਼ਰ ਨੇ ਉਹਨਾਂ ਲਈ ਨਬੀ ਭੇਜੇ। ਨਬੀਆਂ ਨੇ ਪਰਮੇਸ਼ਰ ਤੋਂ ਸੰਦੇਸ਼ ਸੁਣੇ ਅਤੇ ਪਰਮੇਸ਼ਰ ਦੇ ਸੰਦੇਸ਼ ਲੋਕਾਂ ਨੂੰ ਦੱਸੇ। ਏਲੀਆ ਇੱਕ ਨਬੀ ਸੀ ਜਦੋਂ ਅਹਾਬ ਇਸਰਾਇਲ ਦੇ ਰਾਜ ਉੱਤੇ ਹਕੂਮਤ ਕਰਦਾ ਸੀ। ਅਹਾਬ ਇੱਕ ਬੁਰਾ ਵਿਅਕਤੀ ਸੀ ਜਿਸ ਨੇ ਲੋਕਾਂ ਨੂੰ ਝੂਠੇ ਦੇਵਤੇ ਦੀ ਪੂਜਾ ਕਰਨ ਲਈ ਉਤਸ਼ਾਹਿਤ ਕੀਤਾ ਸੀ ਜਿਸ ਦਾ ਨਾਮ ਬਾਲ ਸੀ। ਏਲੀਆ ਨੇ ਅਹਾਬ ਨੂੰ ਕਿਹਾ ਮੈਂ ਜਦ ਤੱਕ ਨਾ ਕਹਾ ਇਸਰਾਇਲ ਰਾਜ ਵਿੱਚ ਕੋਈ بارش ਨਹੀਂ ਹੋਵੇਗੀ ਅਤੇ ਨਾ ਤਰੇਲ ਪਵੇਗੀ। ਇਸ ਗੱਲ ਨੇ ਆਹਾਬ ਨੂੰ ਬਹੁਤ ਗੁੱਸੇ ਕੀਤਾ। ਪਰਮੇਸ਼ਰ ਨੇ ਏਲੀਆ ਨੂੰ ਕਿਹਾ ਕਿ ਉਹ ਆਹਾਬ ਕੋਲੋਂ ਜੋ ਉਸ ਨੂੰ ਮਾਰਨਾ ਚਾਹੁੰਦਾ ਸੀ ਭੱਜ ਕੇ ਜੰਗਲ ਵਿੱਚ ਇੱਕ ਨਾਲੇ ਕੋਲ ਛੁਪ ਜਾਵੇ। ਹਰ ਸ਼ਾਮ ਸਵੇਰੇ ਪੰਛੀ ਉਸ ਲਈ ਰੋਟੀ ਅਤੇ ਮੀਟ ਲਿਆਉਂਦੇ ਸਨ। ਆਹਾਬ ਅਤੇ ਉਸ ਦੀ ਸੈਨਾ ਨੇ ਏਲੀਆ ਨੂੰ ਲੱਭਿਆ ਪਰ ਉਸ ਨੂੰ ਨਾ ਲੱਭ ਸਕੇ। ਅਕਾਲ ਇੰਨਾ ਭਿਆਨਕ ਸੀ ਕੇ ਨਾਲਾ ਵੀ ਸੁੱਕ ਗਿਆ। ਅਕਾਲ ਦੇ ਕਾਰਨ ਏਲੀਆ ਗਵਾਂਡੀ ਦੇਸ਼ ਵਿੱਚ ਚਲਾ ਗਿਆ। ਉਸ ਦੇਸ਼ ਵਿੱਚ ਇੱਕ ਵਿਧਵਾ ਅਤੇ ਉਸ ਦਾ ਪੁੱਤਰ ਰਹਿੰਦੇ ਸਨ। ਉਹਨਾਂ ਕੋਲ ਭੋਜਨ ਲਗਭਗ ਖਤਮ ਹੋ ਚੁੱਕਾ ਸੀ। ਪਰ ਉਹਨਾਂ ਨੇ ਏਲੀਆ ਦੀ ਦੇਖਭਾਲ ਕੀਤੀ ਅਤੇ ਪਰਮੇਸ਼ਰ ਨੇ ਉਹਨਾਂ ਲਈ ਮੁਹੱਈਆ ਕੀਤਾ ਅਤੇ ਉਹਨਾਂ ਦੇ ਮਟਕੇ ਦਾ ਆਟਾ ਅਤੇ ਕੁੱਪੀ ਦਾ ਤੇਲ ਕਦੀ ਨਹੀਂ ਮੁੱਕਿਆ। ਪੂਰੇ ਅਕਾਲ ਦੇ ਸਮੇਂ ਉਹਨਾਂ ਕੋਲ ਭੋਜਨ ਸੀ। ਏਲੀਆ ਉੱਥੇ ਕਈ ਸਾਲ ਰਿਹਾ। 3.5 ਸਾਲ ਬਾਅਦ ਪਰਮੇਸ਼ਰ ਨੇ ਏਲੀਆ ਨੂੰ ਕਿਹਾ ਕਿ ਉਹ ਇਸਰਾਇਲ ਦੇ ਰਾਜ ਵਿੱਚ ਵਾਪਸ ਜਾਏ ਅਤੇ ਆਹਾਬ ਨੂੰ ਕਹੇ ਕਿ ਉਹ ਬਾਰਿਸ਼ ਭੇਜਣ ਜਾ ਰਿਹਾ ਹੈ ਜਦੋਂ ਆਹਾਬ ਨੇ ਏਲੀਆ ਨੂੰ ਦੇਖਿਆ ਉਸਨੇ ਕਿਹਾ ਤੂੰ ਤਾਂ ਇੱਥੇ ਆ ਗਿਆ ਗੜਬੜੀ ਕਰਨ ਵਾਲੇ ਏਲੀਆ ਨੇ ਉਸ ਨੂੰ ਕਿਹਾ ਤੂੰ ਗੜਬੜੀ ਕਰਨ ਵਾਲਾ ਹੈ ਤੂੰ ਯਹੋਵਾ ਸੱਚੇ ਪਰਮੇਸ਼ਰ ਨੂੰ ਛੱਡ ਚੁੱਕਾ ਹੈ ਅਤੇ ਬਾਲ ਦੀ ਪੂਜਾ ਕੀਤੀ ਇਸਰਾਇਲ ਰਾਜ ਦੇ ਸਾਰੇ ਲੋਕਾਂ ਨੂੰ ਕਰਮਲ ਪਹਾੜ ਤੇ ਲਿਆ ਬਾਲ ਦੇ 450 ਨਬੀਆਂ ਸਮੇਤ ਇਸ్రਾਇਲ ਰਾਜ ਦੇ ਸਾਰੇ ਲੋਕਾਂ ਨੂੰ ਕਰਮਲ ਪਹਾੜ ਤੇ ਲਿਆ ਏਲੀਆ ਨੇ ਲੋਕਾਂ ਨੂੰ ਕਿਹਾ ਤੁਸੀਂ ਕਦ ਤੱਕ ਆਪਣੇ ਮਨਾਂ ਨੂੰ ਬਦਲਦੇ ਰਹੋਗੇ ਜੇ ਯਹੋਵਾ ਪਰਮੇਸ਼ਰ ਹੈ ਤਾਂ ਉਸ ਦੀ ਸੇਵਾ ਕਰੋ ਜੇ ਬਾਲ ਪਰਮੇਸ਼ਰ ਹੈ ਤਾਂ ਉਸ ਦੀ ਪੂਜਾ ਕਰੋ ਤਦ ਏਲੀਆ ਨੇ ਬਾਲ ਦੇ ਨਬੀਆਂ ਨੂੰ ਕਿਹਾ ਇੱਕ ਬਲਦ ਨੂੰ ਮਾਰੋ ਅਤੇ ਬਲੀ ਤਿਆਰ ਕਰੋ ਪਰ ਅੱਗ ਨਹੀਂ ਲਗਾਉਣੀ ਮੈਂ ਵੀ ਐਸਾ ਹੀ ਕਰਾਂਗਾ ਜਿਹੜਾ ਪਰਮੇਸ਼ਰ ਅੱਗ ਨਾਲ ਉੱਤਰ ਦੇਵੇਗਾ ਉਹੀ ਸੱਚਾ ਪਰਮੇਸ਼ਰ ਹੋਵੇਗਾ ਇਸ ਲਈ ਬਾਲ ਦੇ ਪੁਜਾਰੀਆਂ ਨੇ ਬਲੀ ਤਿਆਰ ਕੀਤੀ ਪਰ ਅੱਗ ਨਾ ਲਾਈ ਤਦ ਬਾਲ ਦੇ ਨਬੀਆਂ ਨੇ ਬਾਲ ਅੱਗੇ ਪ੍ਰਾਰਥਨਾ ਕੀਤੀ हे ਬਾਲ ਸਾਡੀ ਸੁਣ ਸਾਰਾ ਦਿਨ ਉਹਨਾਂ ਨੇ ਪ੍ਰਾਰਥਨਾ ਕੀਤੀ ਅਤੇ ਜੈਕਾਰੇ ਗਜਾਏ ਇਥੋਂ ਤੱਕ ਕਿ ਛੁਰੀਆਂ ਨਾਲ ਆਪਣੇ ਆਪ ਨੂੰ ਕਟਿਆ ਪਰ ਕੋਈ ਉੱਤਰ ਨਾ ਮਿਲਿਆ ਦਿਨ ਦੇ ਅੰਤ ਵਿੱਚ ਏਲੀਆ ਨੇ ਪਰਮੇਸ਼ਰ ਲਈ ਬਲੀ ਤਿਆਰ ਕੀਤੀ ਤਦ ਉਸ ਨੇ ਲੋਕਾਂ ਨੂੰ ਕਿਹਾ ਕਿ ਉਹ ਬਲੀ ਉੱਤੇ 12 ਘੜੇ ਪਾਣੀ ਪਾਉਣ ਜਦ ਤੱਕ ਮੀਟ ਲੱਕੜਾਂ ਅਤੇ ਵੇਦੀ ਦੇ ਆਲੇ-ਦੁਆਲੇ ਦੀ ਸਾਰੀ ਧਰਤੀ ਪੂਰੀ ਤਰ੍ਹਾਂ ਨਾਲ ਗਿੱਲੀ ਨਾ ਹੋ ਜਾਵੇ ਏਲੀਆ ਨੇ ਪ੍ਰਾਰਥਨਾ ਕੀਤੀ ਯਹੋਵਾ ਅਬਰਾਹਮ ਇਸਹਾਕ ਅਤੇ ਯਾਕੂਬ ਦੇ ਪਰਮੇਸ਼ਰ ਅੱਜ ਪ੍ਰਗਟ ਕਰ ਕਿ ਤੂੰ ਇਸਰਾਇਲ ਦਾ ਪਰਮੇਸ਼ਰ ਹੈਂ ਅਤੇ ਮੈਂ ਤੇਰਾ ਦਾਸ ਹਾਂ ਮੈਨੂੰ ਉੱਤਰ ਦੇ ਤਾਂ ਕਿ ਇਹ ਲੋਕ ਜਾਣਨ ਕਿ ਤੂੰ ਸੱਚਾ ਪਰਮੇਸ਼ਰ ਹੈਂ ਇੱਕਦਮ ਸਵਰਗ ਤੋਂ ਅੱਗ ਉਤਰੀ ਅਤੇ ਮੀਟ, ਲੱਕੜੀ, ਪੱਥਰ, ਮਿੱਟੀ ਅਤੇ ਪਾਣੀ ਜੋ ਵੇਦੀ ਦੇ ਚਫੇਰੇ ਸੀ ਸਭ ਨੂੰ ਚਟ ਕਰ ਗਈ। ਜਦੋਂ ਲੋਕਾਂ ਨੇ ਇਹ ਦੇਖਿਆ ਉਹ ਜ਼ਮੀਨ ਤੇ ਡਿੱਗੇ ਅਤੇ ਕਿਹਾ ਯਹੋਵਾ ਹੀ ਪਰਮੇਸ਼ਰ ਹੈ, ਯਹੋਵਾ ਹੀ ਪਰਮੇਸ਼ਰ ਹੈ। ਤਦ ਏਲੀਆ ਨੇ ਕਿਹਾ ਇਹਨਾਂ ਬਾਲ ਦੇ ਨਬੀਆਂ ਵਿੱਚੋਂ ਇੱਕ ਨੂੰ ਵੀ ਨਾ ਭਜਣ ਦਿਓ। ਇਸ ਲਈ ਲੋਕਾਂ ਨੇ ਬਾਲ ਦੇ ਨਬੀਆਂ ਨੂੰ ਫੜਿਆ ਅਤੇ ਉਹਨਾਂ ਨੂੰ ਉੱਥੋਂ ਲੈ ਗਏ ਅਤੇ ਉਹਨਾਂ ਨੂੰ ਮਾਰ ਦਿੱਤਾ। ਏਲੀਆ ਨੇ ਰਾਜਾ ਆਹਾਬ ਨੂੰ ਕਿਹਾ, "ਛੇਤੀ ਨਾਲ ਸ਼ਹਿਰ ਮੁੜ ਜਾ ਕਿਉਂਕਿ ਮੈਂ ਆ ਰਿਹਾ ਹਾਂ।" ਜਲਦੀ ਹੀ ਆਕਾਸ਼ ਕਾਲਾ ਹੋ ਗਿਆ ਅਤੇ ਭਾਰੀ ਬਾਰਿਸ਼ ਸ਼ੁਰੂ ਹੋ ਗਈ। ਯਹੋਵਾ ਨੇ ਅਕਾਲ ਦਾ ਅੰਤ ਕੀਤਾ ਅਤੇ ਪ੍ਰਮਾਣਿਤ ਕੀਤਾ ਕਿ ਉਹ ਹੀ ਸੱਚਾ ਪਰਮੇਸ਼ਰ ਹੈ। ਏਲੀਆ ਦੇ ਸਮੇਂ ਬਾਅਦ, ਪਰਮੇਸ਼ਰ ਨੇ ਇੱਕ ਵਿਅਕਤੀ ਨੂੰ ਚੁਣਿਆ ਜਿਸ ਦਾ ਨਾਮ ਅਲੀਸ਼ਾ ਸੀ ਕਿ ਉਸ ਦਾ نبی ਹੋਵੇ। ਪਰਮੇਸ਼ਰ ਨੇ ਅਲੀਸ਼ਾ ਦੁਆਰਾ ਬਹੁਤ ਚਮਤਕਾਰ ਕੀਤੇ ਇੱਕ ਚਮਤਕਾਰ ਨਮਾਨ ਨਾਲ ਹੋਇਆ ਜੋ ਇੱਕ ਦੁਸ਼ਮਣ ਕਪਤਾਨ ਸੀ ਜਿਸ ਨੂੰ ਕੋੜ ਦੀ ਬਿਮਾਰੀ ਸੀ ਉਸ ਨੇ ਅਲੀਸ਼ਾ ਬਾਰੇ ਸੁਣਿਆ ਸੀ ਇਸ ਲਈ ਉਹ ਗਿਆ ਅਤੇ ਅਲੀਸ਼ਾ ਨੂੰ ਕਿਹਾ ਕਿ ਉਸ ਨੂੰ ਚੰਗਾ ਕਰੇ ਅਲੀਸ਼ਾ ਨੇ ਨਮਾਨ ਨੂੰ ਕਿਹਾ ਯਰਦਨ ਨਦੀ ਵਿੱਚ ਜਾ ਕੇ ਸੱਤ ਚੁੱਭੀਆਂ ਮਾਰੇ ਪਹਿਲਾਂ ਤਾਂ ਉਸ ਨੂੰ ਗੁੱਸਾ ਆਇਆ ਅਤੇ ਸੋਚਿਆ ਕਿ ਇਸ ਤਰ੍ਹਾਂ ਕਰਨਾ ਮੂਰਖਤਾਈ ਦਿਸਦੀ ਹੈ ਪਰ ਬਾਅਦ ਵਿੱਚ ਉਸਨੇ ਆਪਣਾ ਮਨ ਬਦਲਿਆ ਅਤੇ ਆਪਣੇ ਆਪ ਯਰਦਨ ਵਿੱਚ ਚੁੱਭੀਆਂ ਮਾਰੀਆਂ ਜਦੋਂ ਉਹ ਆਖਰੀ ਵਾਰ ਉੱਪਰ ਆਇਆ ਉਸਦੀ ਚਮੜੀ ਪੂਰੀ ਤਰ੍ਹਾਂ ਚੰਗੀ ਹੋ ਚੁੱਕੀ ਸੀ ਪਰਮੇਸ਼ਰ ਨੇ ਉਸਨੂੰ ਚੰਗਾ ਕਰ ਦਿੱਤਾ ਸੀ ਪਰਮੇਸ਼ਰ ਨੇ ਹੋਰ ਵੀ ਕਈ ਨਬੀ ਭੇਜੇ ਉਹਨਾਂ ਸਾਰਿਆਂ ਨੇ ਲੋਕਾਂ ਨੂੰ ਬੁੱਤਾਂ ਦੀ ਪੂਜਾ ਕਰਨ ਤੋਂ ਰੋਕਿਆ ਅਤੇ ਦੂਸਰਿਆਂ ਨੂੰ ਨਿਆ ਅਤੇ ਦਇਆ ਦਿਖਾਉਣਾ ਸ਼ੁਰੂ ਕੀਤਾ ਨਬੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਨੇ ਬੁਰਾਈ ਕਰਨੀ ਬੰਦ ਨਾ ਕੀਤੀ ਅਤੇ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਨੀ ਨਾ ਸ਼ੁਰੂ ਕੀਤੀ ਤਦ ਪਰਮੇਸ਼ਰ ਉਹਨਾਂ ਨੂੰ ਸਜ਼ਾ ਦੇਵੇਗਾ ਆਮ ਤੌਰ ਤੇ ਲੋਕਾਂ ਨੇ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਨਾ ਕੀਤੀ ਉਹਨਾਂ ਨੇ ਨਬੀਆਂ ਨਾਲ ਦੁਰਵਿਵਹਾਰ ਕੀਤਾ ਅਤੇ ਕਈ ਵਾਰ ਉਹਨਾਂ ਨੂੰ ਮਾਰ ਵੀ ਦਿੱਤਾ ਇੱਕ ਵਾਰ ਨਬੀ ਯਰਮੀਆ ਨੂੰ ਇੱਕ ਸੁੱਕੇ ਖੂਹ ਵਿੱਚ ਪਾ ਦਿੱਤਾ ਤੇ ਮਰਨ ਲਈ ਛੱਡ ਦਿੱਤਾ ਜੋ ਖੂਹ ਦੇ ਹੀਠਾਂ ਸੀ ਪਰ ਰਾਜਾ ਨੂੰ ਉਸ ਉੱਤੇ ਤਰਸ ਆਇਆ ਅਤੇ ਉਸਨੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਕਿ ਯਰਮੀਆ ਨੂੰ ਮਰਨ ਤੋਂ ਪਹਿਲਾਂ ਖੂਹ ਤੋਂ ਬਾਹਰ ਕੱਢੇ ਚਾਹੇ ਲੋਕਾਂ ਨੇ ਉਹਨਾਂ ਨਾਲ ਨਫ਼ਰਤ ਕੀਤੀ ਪਰ ਫਿਰ ਵੀ ਨਵੀਂ ਪਰਮੇਸ਼ਰ ਲਈ ਲਗਾਤਾਰ ਬੋਲਦੇ ਰਹੇ ਉਹਨਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹਨਾਂ ਨੇ ਤੌਬਾ ਨਾ ਕੀਤੀ ਤਾਂ ਪਰਮੇਸ਼ਰ ਨਾਸ਼ ਕਰੇਗਾ ਉਹਨਾਂ ਨੇ ਲੋਕਾਂ ਨੂੰ ਵਾਅਦੇ ਦੀ ਯਾਦ ਦਿਵਾਈ ਕਿ ਪਰਮੇਸ਼ਰ ਦਾ ਮਸੀਹਾ ਆਵੇਗਾ